ਦਿੱਲੀ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪ ਗਰੀਕੁੱਟਾ ਲੈਨ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ 5 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਮਗਰੋਂ ਕੇਜਰੀਵਾਲ ਨੂੰ ਵੀਡੀਓ ਕਾਨਫਰencing ਰਾਹੀਂ ਜੱਜ ਸੰਜੀਵ ਅਗਰਵਾਲ ਅੱਗੇ ਪੇਸ਼ ਕੀਤਾ ਗਿਆ। ਜਜ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਅਰਜ਼ੀ ਤੇ ਇਹ ਹੁਕਮ ਸੁਣਾਇਆ ਜਿਸ ਨੇ ਨ्याय ਖਿਰਾਸਤ 14 ਦਿਨ ਬਧਾਉਣ ਦੀ ਮੰਗ ਕੀਤੀ ਸੀ ਈਡੀ ਨੇ ਇਹ ਅਰਜ਼ੀ 3 ਮਈ ਨੂੰ ਦਾਖਲ ਕੀਤੀ ਸੀ ਜਦਕਿ ਕੇਜਰੀਪਾਲ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਸੀ ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਸਿਹਤ ਦੇ ਆਧਾਰ ਤੇ ਕੇਜਰੀਪਾਲ ਵੱਲੋਂ ਮੰਗੀ ਗਈ ਅੰਤਰੀਮ ਜ਼ਮਾਨਤ ਤੇ 5 ਜੂਨ ਨੂੰ ਫੈਸਲਾ ਸੁਣਾਇਆ ਜਾਣਾ ਹੈ